ਸਤਿ ਸ੍ਰੀ ਅਕਾਲ ਪੰਜਾਬੀਓ। ਅੱਜ ਜਿਹੜਾ ਕਿ ਤੁਸੀਂ ਸਾਰੇ ਸੋਸ਼ਲ ਮੀਡੀਆ 'ਤੇ ਵੀ ਅਤੇ ਵੱਖ ਵੱਖ ਜਿਹੜੇ ਟੀ ਵੀ ਚੈਨਲ ਆ ਉਹਨਾਂ 'ਤੇ ਦੇਖ ਰਹੇ ਹੋ ਕਿ ਕਰੌਲਾ ਪਿਆ ਹੋਇਆ ਕਿ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਕੋਲ ਜਿਹੜਾ ਉੱਥੇ ਕੁਛ ਬੰਦਿਆਂ ਨੇ ਦੋ ਦਿਨ ਪਹਿਲਾਂ ਇੱਕ ਪ੍ਰਦਰਸ਼ਨ ਕੀਤਾ ਅਤੇ ਨਨਕਾਣਾ ਸਾਹਿਬ ਬਾਰੇ ਕਿਹਾ ਗਿਆ ਕਿ ਅਸੀਂ ਨਾਮੋ ਨਿਸ਼ਾਨ ਮਿਟਾ ਦਾਂਗੇ ਨਨਕਾਣਾ ਸਾਹਿਬ ਦਾ, ਅਸੀਂ ਇਹਦਾ ਨਾਮ ਬਦਲ ਦਿਆਂਗੇ, ਅਸੀਂ ਸਿੱਖਾਂ ਨੂੰ ਇੱਥੋਂ ਖਤਮ ਕਰ ਦਿਆਂਗੇ। ਤਾਂ ਮੈਨੂੰ ਲੱਗਦਾ ਕਿ ਹਰ ਜਿਹੜਾ ਸਿੱਖ ਆ ਉਹਨੇ ਇਸ ਗੱਲ ਦੀ ਨਿਖੇਧੀ ਵੀ ਕੀਤੀ ਹੈ ਅਤੇ ਨਿੰਦਿਆ ਕਰਨੀ ਵੀ ਬਣਦੀ ਹੈ ਅਤੇ ਹਰ ਸਿੱਖ ਚਾਹੁੰਦਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਇਸ ਦੇ ਖਿਲਾਫ਼ ਜਿਹੜੀ ਕੋਈ ਕਰੜੀ ਕਾਰਵਾਈ ਕਰਕੇ ਉਸ ਬੰਦੇ ਨੂੰ ਜਿਹੜੇ ਨੇ ਚਵਲ ਮਾਰੀ ਆ ਉਹਨੂੰ ਅੰਦਰ ਸਿੱਟਣਾ ਚਾਹੀਦਾ। ਇਸ ਗੱਲ ਨਾਲ ਹਰ ਬੰਦਾ ਕੋਈ ਸਹਿਮਤ ਹੈਗਾ ਅਤੇ ਸਾਰੇ ਬੰਦਿਆਂ ਦੀ ਰਾਏ ਇਹ ਹੈਗੀ ਆ। ਪਰ ਮੈਂ ਇੱਕ ਜਿਹੜਾ ਮੇਰਾ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਦਾ, ਤੁਹਾਡੇ ਨਾਲ ਨਹੀਂ, ਮੇਰਾ ਇਹ ਸਵਾਲ ਮੈਂ ਚਾਹੁੰਦਾ ਕਿ ਉਹਨਾਂ ਜੁੱਤੀ ਚੱਟਾਂ ਤੱਕ ਜਾਵੇ, ਉਸ ਗੋਦੀ ਮੀਡੀਆ ਤੱਕ ਜਾਵੇ, ਜਾਂ ਜਿਹੜੇ ਅੱਜ ਰੌਲਾ ਪਾ ਰਹੇ ਉਹਨਾਂ ਲੋਕਾਂ ਤੱਕ ਜਾਵੇ ਕਿ ਆ ਮੈਂ ਕਿਉਂ ਬੋਲਣਾ ਮੈਨੂੰ ਪੈ ਗਿਆ। ਮੈਂ ਦੇਖ ਰਿਹਾ ਕੱਲ੍ਹ ਤੋਂ ਲੈ ਕੇ ਅੱਜ ਵੀ ਸਾਰਾ ਦਿਨ, ਕੱਲ੍ਹ ਵੀ, ਰਾਤ ਵੀ ਲਗਾਤਾਰ ਟੈਲੀਵਿਜ਼ਨਾਂ ਦੇ ਉੱਤੇ ਡਿਬੇਟਾਂ ਹੋ ਰਹੀਆਂ ਨੇ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਮਾਰਿਆ ਜਾ ਰਿਹਾ, ਪਾਕਿਸਤਾਨ ਸਿੱਖਾਂ ਨੂੰ ਆਹ ਕਰ ਰਿਹਾ, ਪਾਕਿਸਤਾਨ ਸਿੱਖਾਂ ਨੂੰ ਕੱਢ ਰਿਹਾ, ਪਾਕਿਸਤਾਨ ਸਿੱਖਾਂ ਦੇ ਜਿਹੜੇ ਗੁਰੂ ਘਰ ਆ ਉਹਨਾਂ ਨੂੰ ਢਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ, ਨਵਜੋਤ ਸਿੱਧੂ ਹੁਣ ਕਿੱਥੇ ਚੁੱਪ ਹੋ ਕੇ ਬਹਿ ਗਿਆ, ਇਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲਗਾਤਾਰ ਚੈਨਲਾਂ 'ਤੇ ਚੱਲ ਰਹੀਆਂ ਨੇ। ਸੋ ਮੈਂ ਬਿਲਕੁਲ ਆਪਾਂ ਮੈਂ ਇਸ ਗੱਲ ਨਾਲ ਸਹਿਮਤ ਹਾਂ, ਹਰ ਇੱਕ ਸਿੱਖ ਇਸ ਗੱਲ ਨਾਲ ਸਹਿਮਤ ਆ ਕਿ ਜੇ ਕੋਈ ਵੀ ਕੋਈ ਪਾਕਿਸਤਾਨੀ ਕੋਈ ਮੁਸਲਮਾਨ ਸਾਡੇ ਗੁਰੂ ਧਾਮਾਂ ਬਾਰੇ ਉਹ ਗਲਤ ਬੋਲਦਾ, ਕਿਸੇ ਪ੍ਰਕਾਰ ਦੀ ਬਿਆਨਬਾਜ਼ੀ ਕਰਦਾ, ਤਾਂ ਮੈਂ ਕਹਿੰਦਾ ਉਹਨੂੰ ਇਹ ਬਖਸ਼ਿਆ ਨਹੀਂ ਕੋਈ ਇਨਸਾਨ ਜਾਣਾ ਚਾਹੀਦਾ ਅਤੇ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਇਹਦੇ ਖਿਲਾਫ਼ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਪਰ ਹੁਣ ਮੇਰਾ ਸਵਾਲ ਇਹਨਾਂ ਜੁੱਤੀ ਚੱਟਾਂ ਨੂੰ ਆ, ਮੀਡੀਏ ਨੂੰ, ਜਿਹੜਾ ਗੋਦੀ ਮੀਡੀਆ ਕਹਿ ਰਿਹਾ ਕਿ ਸਿੱਖਾਂ ਨਾਲ ਆ ਹੋ ਗਿਆ, ਸਿੱਖਾਂ ਨਾਲ ਆ ਹੋ ਗਿਆ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਉਦੋਂ ਤੁਹਾਡਾ ਮੀਡੀਆ ਇਹ ਕਿੱਥੇ ਜਾਂਦਾ ਜਦੋਂ ਮੰਗੂ ਮੱਠ ਨੂੰ ਉੜੀਸਾ ਦੇ ਵਿੱਚ ਢਾਇਆ ਜਾਂਦਾ, ਇੱਕ ਇਤਿਹਾਸਕ ਗੁਰਦੁਆਰੇ ਨੂੰ ਢਾਇਆ ਜਾਂਦਾ, ਗੁਰਦੁਆਰਾ ਗਿਆਨ ਗੋਦੜੀ ਢਾਇਆ ਜਾਂਦਾ, ਉਦੋਂ ਤੁਹਾਡਾ ਮੀਡੀਆ ਕਿੱਥੇ ਜਾਂਦਾ? ਜਦੋਂ ਇਹ ਤੋਂ ਇਲਾਵਾ ਆਪਣਾ ਸਿੱਕਮ ਦੇ ਵਿੱਚ ਇੱਕ ਡਾਂਗ ਮਾਰ ਗੁਰਦੁਆਰਾ ਢਾਇਆ ਜਾਂਦਾ, ਉਦੋਂ ਤੁਸੀਂ ਕਿੱਥੇ ਹੁੰਦੇ ਹੋ? ਜਦੋਂ 50-52 ਦੇ ਕਰੀਬ ਸਿੱਖਾਂ ਦੇ ਵਿੱਚ ਉੱਤੇ ਇੱਕ ਨਗਰ ਕੀਰਤਨ ਜਿਹੜੇ ਕੱਢ ਰਹੇ ਸਿੱਖ ਹੁੰਦੇ ਨੇ ਉੱਤਰ ਪ੍ਰਦੇਸ਼ ਦੇ ਵਿੱਚ ਪੀਲੀਭੀਤ ਦੇ ਵਿੱਚ, ਉਹਨਾਂ ਦੇ ਪਰਚਾ ਦਰਜ ਹੋ ਜਾਂਦਾ ਅਤੇ ਜਿਹੜੀ ਪਾਲਕੀ ਹੈ, ਪਾਲਕੀ ਨੂੰ, ਨਗਰ ਕੀਰਤਨ ਵਾਲੀ ਨੂੰ ਥਾਣੇ ਦੇ ਵਿੱਚ ਲਿਜਾਇਆ ਜਾਂਦਾ, ਉਦੋਂ ਤੁਹਾਡਾ ਮੀਡੀਆ ਕਿਉਂ ਚੁੱਪ ਹੁੰਦਾ? ਜਾਂ ਹਰ ਰੋਜ਼ ਆਪਾਂ ਦੇਖਦੇ ਹਾਂ ਥਾਂ ਥਾਂ ਦੇ ਉੱਤੇ ਗੁਜਰਾਤ ਦੇ ਵਿੱਚ ਸਿੱਖਾਂ ਨੂੰ ਕੱਢਿਆ ਗਿਆ, ਕਿਸਾਨਾਂ ਨੂੰ ਕੱਢਿਆ ਗਿਆ, ਉਦੋਂ ਤੁਸੀਂ ਕਿੱਥੇ ਹੁੰਦੇ ਹੋ? ਜਾਂ ਕਿੰਨੇ 84 ਦੇ ਵੇਲੇ ਕਿੰਨੇ ਗੁਰੂ ਘਰਾਂ ਨੂੰ ਅੱਗ ਲਾਈ ਗਈ, ਕਿੰਨੇ ਗ੍ਰੰਥ ਸਾਹਿਬ ਨੂੰ ਅੱਗ ਲਾਈ ਗਈ, ਉਦੋਂ ਤੁਹਾਡਾ ਮੀਡੀਆ ਕਿਉਂ ਚੁੱਪ ਹੁੰਦਾ? ਜਦੋਂ ਗੱਲ ਕੋਈ ਤੁਸੀਂ ਕਿਸੇ ਮਸਲੇ ਨੂੰ ਭੜਕਾਉਣਾ ਹੁੰਦਾ ਉਦੋਂ ਤੁਸੀਂ ਬੈਠ ਜਾਂਦੇ ਹੋ ਲੈ ਕੇ ਇੱਥੇ ਆਪਦਾ ਤਾਮ ਝਾਮ ਲੈ, ਦੁਕਾਨਾਂ ਲਾ ਕੇ ਵੱਡੇ ਵੱਡੇ ਬਿਠਾ ਲੈਂਦੇ ਹੋ ਤੁਸੀਂ ਬੰਦੇ ਇੱਥੇ ਜਿਹੜੇ ਸਮਝਦੇ ਬਹੁਤ ਵੱਡੇ ਵਿਦਵਾਨ ਨੇ ਉਹਨਾਂ ਨੂੰ ਬਿਠਾ ਲੈਂਦੇ ਆ, ਇਹ ਕੌਣ ਨੇ? ਅੱਜ ਮੈਂ ਹੁਣ ਪੁੱਛਣਾ ਚਾਹੁੰਦਾ ਉਹਨਾਂ ਲੋਕਾਂ ਨੂੰ, ਅੱਜ ਹਰਸਿਮਰਤ ਬਾਦਲ ਵੀ ਬਿਆਨ ਦਿੰਦੀ ਹੈ ਕਿ ਜੀ ਪਾਕਿਸਤਾਨ ਨੇ ਬਹੁਤ ਮਾੜਾ ਕੀਤਾ, ਹਾਂ ਅਸੀਂ ਮੰਨਦੇ ਹਾਂ ਪਾਕਿਸਤਾਨ ਦੇ ਕਿਸੇ ਬੰਦੇ ਨੇ ਬਹੁਤ ਮਾੜਾ ਕੀਤਾ, ਇੱਕ ਬੰਦੇ ਨੇ ਮਾੜਾ ਕੀਤਾ, ਇੱਕ ਬੰਦਾ ਜਦੋਂ ਮਾੜਾ ਕਰਦਾ ਤਾਂ ਉਹਦੇ ਨਾਲ ਸਾਰਾ ਮੁਲਕ ਹੈ ਜਿਹੜਾ ਉਹ ਨਹੀਂ ਦੋਸ਼ੀ ਹੋ ਜਾਂਦਾ, ਇਹ ਗੱਲ ਸਮਝਣ ਵਾਲੀ ਹੈ। ਹੁਣ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ
ਸਿੱਖਾਂ ਦੇ ਗੁਰੂ ਘਰ ਢਾਉਣ ਵਾਲੇ, ਤਖ਼ਤ ਢਾਉਣ ਵਾਲੇ, ਸਿੱਖਾਂ ਨੂੰ ਮਾਰਨ ਵਾਲੇ, ਬੇਦੋਸ਼ੀਆਂ ਨੂੰ ਘਰਾਂ ਤੋਂ ਚੱਕ ਚੱਕ ਕੇ ਨੌਜਵਾਨਾਂ ਨੂੰ ਮਾਰਨ ਵਾਲੇ, ਸਿੱਖਾਂ ਦੀਆਂ ਬੁੜੀਆਂ ਕੁੜੀਆਂ ਔਰਤਾਂ ਨਾਲ ਬਲਾਤਕਾਰ ਕਰਨ ਵਾਲੇ, ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ, ਉਹ ਵੀ ਤਾਂ ਹਿੰਦੂ ਸੀ। ਕੀ ਸਾਰੇ ਹਿੰਦੂ ਫਿਰ ਦੋਸ਼ੀ ਹੋ ਗਏ? ਦੇਖੋ, ਪੂਰੀ ਕੌਮ, ਕੋਈ ਵੀ ਧਰਮ, ਕੋਈ ਵੀ ਮੁਲਕ ਸਾਰੇ ਦਾ ਸਾਰਾ ਦੋਸ਼ੀ ਨਹੀਂ ਹੁੰਦਾ। ਉਹ ਚਵਲਾਂ ਹਰ ਇੱਕ ਥਾਂ ਹੁੰਦੀਆਂ ਨੇ, ਉਹ ਪਾਕਿਸਤਾਨ 'ਚ ਵੀ ਹੈਗੀਆਂ ਨੇ, ਉਹ ਸਾਡੇ ਵਾਲੇ ਪਾਸੇ ਵੀ ਹੈਗੀਆਂ ਨੇ। ਸੋ ਅੱਜ ਮੈਂ ਇਹੀ ਗੱਲ ਪੁੱਛਣਾ ਚਾਹੁੰਦਾ, ਹੁਣ ਇੱਥੇ ਸਿਰਸੇ ਵਰਗੇ ਉੱਥੇ ਲਾਈ ਬੈਠੇ ਆ ਮੈਸੀਆਂ ਦੇ ਵਿੱਚ, ਧਰਨਾ ਮਾਰੀ ਬੈਠਾ, ਪ੍ਰਦਰਸ਼ਨ ਕਰ ਰਹੇ ਨੇ ਕਿ ਯਾਰ ਦੇਖੋ ਜੀ ਪਾਕਿਸਤਾਨ ਕੀ ਕਰ ਰਿਹਾ, ਪਾਕਿਸਤਾਨ ਉਹ ਕਰ ਰਿਹਾ ਕਰ ਰਿਹਾ। ਮੈਂ ਪੁੱਛਣਾ ਚਾਹੁੰਦਾ ਵੀ ਜਦੋਂ ਆਹ ਘਟਨਾਵਾਂ ਵਾਪਰਦੀਆਂ ਨੇ, ਥਾਂ ਥਾਂ ਦੇ ਉੱਤੇ ਸਿੱਖਾਂ ਦੇ ਗੁਰਦੁਆਰੇ ਢਾਏ ਜਾਂਦੇ ਨੇ ਪੂਰੇ ਭਾਰਤ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਵਿੱਚ। 4-5 ਦਿਨ ਪਹਿਲਾਂ ਦੀ ਗੱਲ ਹੈ, ਮੱਧ ਪ੍ਰਦੇਸ਼ ਦੀ ਸ਼ਰੇਆਮ ਉੱਥੇ ਸਿੱਖਾਂ ਨੂੰ ਕੁੱਟਿਆ ਗਿਆ ਅਤੇ ਨਾਅਰੇ ਲਾਏ ਗਏ, ਇਨ ਸਰਦਾਰੋਂ ਕੋ ਜੂਤੇ ਮਾਰੋ ਸਾਲੋਂ ਕੋ। ਉਦੋਂ ਸਿਰਸੇ ਵਰਗੇ ਤੁਹਾਡੀ ਕਿੱਥੇ ਜ਼ਮੀਰ ਮਰ ਜਾਂਦੀ ਹੈ? ਉਦੋਂ ਹਰਸਿਮਰਤ ਬਾਦਲ ਕਿੱਥੇ ਹੁੰਦੀ ਹੈ, ਜਿਹੜੀ ਕਿ ਭਾਈਵਾਲ ਹੈ ਬੀਜੇਪੀ ਦੀ? ਉਦੋਂ ਕਿਉਂ ਨਹੀਂ ਬੋਲਦੇ ਬਾਈ ਤੁਸੀਂ? ਉਦੋਂ ਕਿੱਥੇ ਵਗ ਜਾਂਦੇ ਹੋ? ਉਦੋਂ ਕਿੱਥੇ ਵਗ ਜਾਂਦਾ SGPC ਵਾਲਾ? ਮੈਂ ਪੁੱਛਣਾ ਚਾਹੁੰਦਾ ਵੀ ਉਦੋਂ ਗੋਬਿੰਦ ਲੌਂਗੋਵਾਲ ਕਿੱਥੇ ਚਲਿਆ ਜਾਂਦਾ? ਉਹ ਨਹੀਂ ਤੁਹਾਨੂੰ ਦੇਖ ਰਿਹਾ? ਜਿਹੜਾ ਜਿਹੜਾ ਭਾਰਤ, ਅਸੀਂ ਤਾਂ ਮੰਨ ਲਿਆ ਪਾਕਿਸਤਾਨ ਤਾਂ ਇੱਕ ਦੂਜਾ ਮੁਲਕ ਹੈ, ਉਸ ਮੁਲਕ ਦੇ ਵਿੱਚ ਅਸੀਂ ਮੰਨ ਲੈਂਦੇ ਹਾਂ ਕਿ ਉਹ ਮੁਲਕ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਸਿੱਖ ਨਾਲ ਵਾਪਰੀ ਹੈ, ਜਿਹੜੀ ਵੀ ਘਟਨਾ ਵਾਪਰੀ ਹੈ। ਪਹਿਲਾਂ ਕੁੜੀ ਵਾਲਾ ਮਸਲਾ ਆਇਆ ਸੀ, ਹੁਣ ਆਹ ਇਹ ਕੋਈ ਇਹੋ ਜਿਹਾ ਬੰਦਾ ਉੱਧਰ ਇਹੋ ਜਿਹਾ ਬੋਲਿਆ, ਉਹਦੇ ਖਿਲਾਫ਼ ਅਸੀਂ ਫਿਰ ਕਹਿੰਦੇ ਹਾਂ, ਵਾਰ-ਵਾਰ ਕਹਿੰਦੇ ਹਾਂ ਕਿ ਇਹ ਸਾਨੂੰ ਜਿਹੜਾ ਉਹਦੇ ਖਿਲਾਫ਼ ਕਾਰਵਾਈ। ਪਰ ਜਿਹੜਾ ਜਿਹੜਾ ਸਿੱਖ ਕਹਿੰਦਾ ਕਿ ਭਾਰਤ ਮੇਰਾ ਮੁਲਕ ਹੈ, ਜਿਹੜੇ ਸਿੱਖਾਂ ਕਾਲੀ ਵੇਲੇ ਫੈਸਲਾ ਕੀਤਾ ਸੀ ਕਿ ਅਸੀਂ ਭਾਰਤ ਨਾਲ ਪੱਗਾਂ ਕੇਸ ਵੀ ਪੱਟੇ ਜਾ ਰਹੇ ਨੇ, ਬੱਚੇ ਵੀ ਹੋ ਰਹੇ ਨੇ, ਸਿੱਖਾਂ ਨੂੰ ਨਜਾਇਜ਼ ਜੇਲ੍ਹਾਂ 'ਚ ਵੀ ਡੱਕਿਆ, ਉਦੋਂ ਤੁਹਾਡਾ ਨਾ ਤਾਂ ਮੀਡੀਆ ਜਿਹੜਾ ਗੋਦੀ ਜੁੱਤੀ ਜੱਟ ਮੀਡੀਆ ਮੈਂ ਕਹੂੰਗਾ, ਅਤੇ ਨਾ ਜਿਹੜਾ ਆਹ ਤੁਹਾਡਾ ਦੂਜਾ ਆਪਣਾ ਜਿਹੜੇ ਹੁਣ ਬਣੇ ਫਿਰਦੇ ਵੱਡੇ ਸਿੱਖਾਂ ਦੇ ਹਿਤੈਸ਼ੀ, ਬਾਦਲ ਹਰਸਿਮਰਤ ਬਾਦਲ ਹੋ ਗਈ, ਆ ਸਿਰਸਾ ਹੋ ਗਿਆ ਲੌਂਗੋਵਾਲ, ਉਦੋਂ ਤੁਹਾਡਾ ਪ੍ਰੇਮ, ਉਦੋਂ ਤੁਹਾਡਾ ਪਿਆਰ ਕਿੱਥੇ ਚਲਿਆ ਜਾਂਦਾ ਬਈ? ਉਦੋਂ ਤੁਹਾਡੇ ਦਿਮਾਗ 'ਚ ਇਹ ਗੱਲਾਂ ਨਹੀਂ ਆਉਂਦੀਆਂ ਕਿ ਅਸੀਂ ਸਰਕਾਰ 'ਚ ਬੈਠੇ ਹਾਂ? ਉਦੋਂ ਕਿਉਂ ਨਹੀਂ ਫਿਰ ਇਹ ਹਰਸਿਮਰਤ ਬਾਦਲ ਉੱਥੇ ਜਾ ਕੇ ਅਸਤੀਫਾ ਦਿੰਦੀ ਬਈ? ਉਦੋਂ ਕਿਉਂ ਨਹੀਂ ਮੋਦੀ ਨੂੰ ਕਹਿੰਦੀ? ਉਦੋਂ ਕਿਉਂ ਨਹੀਂ ਅਮਿਤ ਸ਼ਾਹ ਨੂੰ ਕਹਿੰਦੇ ਕਿ ਸਿੱਖਾਂ ਨਾਲ ਭਾਰਤ ਦੇ ਵਿੱਚ ਆਹ ਹਾਲਾਤ ਬਣ ਰਹੇ ਨੇ? ਸੋ ਇਹ ਪ੍ਰੋਪੋਗੰਡਾ ਕਰਨਾ ਛੱਡ ਦਿਓ, ਇਹ ਜੁੱਤੀ ਚੱਟੋ, ਪ੍ਰੋਪੋਗੰਡਾ ਕਰਨਾ ਛੱਡ ਦਿਓ। ਲੋਕ ਸਮਝਦੇ ਨੇ, ਲੋਕ ਸਮਝਦੇ ਨੇ ਕਿ ਸਾਡੇ ਨਾਲ ਕਿੱਥੇ ਅਤੇ ਕੌਣ ਧੱਕਾ ਕਰ ਰਿਹਾ, ਇਹ ਭੁੱਲ ਜਾਓ। ਹੁਣ ਨਵਜੋਤ ਸਿੱਧੂ ਨੂੰ ਲਿਆਏ ਕਿ ਨਵਜੋਤ ਸਿੱਧੂ ਹੁਣ ਚੁੱਪ ਹੈ ਜੀ, ਨਵਜੋਤ ਸਿੱਧੂ ਕਹੇ ਜੀ ਇਮਰਾਨ ਖਾਨ ਨੂੰ, ਨਵਜੋਤ ਸਿੱਧੂ ਨੇ ਕੀ ਮਾੜਾ ਕਰਤਾ ਬਈ? ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਾਉਣ ਦੇ ਵਿੱਚ ਯੋਗਦਾਨ ਰਿਹਾ ਨਵਜੋਤ ਸਿੱਧੂ ਦਾ, ਵੈਸੇ ਤਾਂ ਪਰਮਾਤਮਾ ਕਰੇ ਕਰਾਵੇ ਆਪੇ ਆਪ ਉਹ ਆਪੇ ਕਰਦਾ, ਪਰ ਉਹਦਾ ਕੋਈ ਜ਼ਰੀਆ ਬਣਿਆ ਨਵਜੋਤ ਸਿੱਧੂ, ਤਾਂ ਉਹਨੇ ਕੀ ਮਾੜਾ ਕਰਤਾ? ਅੱਜ ਹਰ ਇੱਕ, ਮੈਨੂੰ ਗੁੱਸੇ 'ਚ ਮੈਨੂੰ ਬੋਲਣਾ ਪੈ ਰਿਹਾ, ਹਰ ਇੱਕ ਚੈਨਲ 'ਤੇ ਮੈਂ ਸੁਣ ਕੇ ਆਇਆ, ਹੁਣ 10 ਮਿੰਟ ਪਹਿਲਾਂ ਖਬਰਾਂ ਚੱਲ ਰਹੀਆਂ ਨੇ, ਸਾਰੇ ਚੈਨਲਾਂ 'ਤੇ ਇਹੀ ਰੌਲਾ, ਸਿੱਧੂ 'ਚ ਕਿੱਥੇ ਘਰੇ ਵੜ ਗਿਆ? ਸਿੱਧੂ ਨੂੰ ਬੋਲਣਾ ਚਾਹੀਦਾ, ਸਿੱਧੂ ਕਿਉਂ ਨਹੀਂ ਹੁਣ ਇਮਰਾਨ ਖਾਨ ਕੋਲ ਜਾਂਦਾ? ਸਿੱਧੂ ਪਾਕਿਸਤਾਨ ਜਾਵੇ, ਤੁਸੀਂ ਪਾਕਿਸਤਾਨ ਨਹੀਂ ਜਾ ਸਕਦੇ? ਕੀ ਹਰਸਿਮਰਤ ਨਹੀਂ ਪਾਕਿਸਤਾਨ ਜਾ ਸਕਦੀ? ਕੀ ਸੁਖਬੀਰ ਬਾਦਲ ਨਹੀਂ ਉੱਥੇ ਇਮਰਾਨ ਖਾਨ ਨਾਲ ਗੱਲ ਕਰ ਸਕਦਾ? ਜੇ ਇੱਕ ਵਕੀਲ ਹਾਕਮ ਸਿੰਘ ਉੱਥੋਂ ਦੇ ਨਨਕਾਣਾ ਸਾਹਿਬ ਦੇ DC ਨਾਲ ਗੱਲ ਕਰਕੇ ਉਹਨੇ ਸਾਰੀ ਗੱਲਬਾਤ ਕੀਤੀ ਹੈ, ਉਹ ਕਾਮ ਬੰਦਾ ਹੈ, ਕਾਮ ਵਕੀਲ ਹੈ, ਤਾਂ ਇਹ ਤਾਂ ਮਨਿਸਟਰ ਨੇ, ਇਹ ਤਾਂ MP ਨੇ। ਇਹ ਗੱਲਾਂ ਹੁਣ ਤੁਸੀਂ ਭੁਲੇਖੇ 'ਚ ਨਾ ਰਹੋ, ਲੋਕ ਅਤੇ ਸਾਡਾ ਬਗਾਨਾ ਕੌਣ ਹੈ,
ਦੋ ਮੁਲਕ ਨੇ ਜਿਹੜੇ, ਦੋ ਮੁਲਕਾਂ ਦੇ ਲੋਕ ਨੇ ਜਿਹੜੇ, ਉਹ ਨਹੀਂ ਚਾਹੁੰਦੇ ਕਿ ਅਸੀਂ ਜੰਗ ਕਰ ਗਏ, ਅਸੀਂ ਕਿਸੇ ਨੂੰ ਦੇਖ ਲਈਆਂ ਚੀਜ਼ਾਂ ਬਥੇਰੇ ਮਰ ਮਰਾ ਕੇ ਦੇਖ ਲਿਆ। ਲੋਕ ਨੇੜੇ ਆਉਣਾ ਚਾਹੁੰਦੇ ਆ, ਭਾਈਚਾਰਾ ਵਧਾਉਣਾ ਚਾਹੁੰਦੇ ਆ, ਦੋਨੇ ਮੁਲਕਾਂ ਦੇ ਲੋਕ ਚਾਹੁੰਦੇ ਆ ਸਾਡਾ ਅਮਨ ਭਾਈਚਾਰਾ ਬਣੇ, ਤਾਂ ਉਹ ਤੁਹਾਡੀਆਂ ਗੱਲਾਂ ਦੇ ਵਿੱਚ ਜਿਹੜੇ ਆ ਤੁਸੀਂ ਬੈਠੇ ਹੋ ਇੱਥੇ, ਵੱਡੇ ਆਪਣੇ ਆਪ ਨੂੰ ਕਹਾਉਂਦੇ ਬਹੁਤ ਵੱਡੇ, ਅਸੀਂ ਐਂਕਰ ਹਾਂ, ਬੜੇ ਵੱਡੇ ਦਿਮਾਗ ਨੇ ਤੁਹਾਡੇ, ਅਤੇ ਉਹ ਤੁਸੀਂ ਅੱਗ ਲਾ ਰਹੇ ਹੋ, ਭੜਕਾ ਰਹੇ ਹੋ, ਤੁਹਾਨੂੰ ਐਂ ਲੱਗਦਾ ਪਤਾ ਨਹੀਂ ਆਹ ਗੱਲਾਂ ਕਰਕੇ ਜਿਹੜੇ ਇੱਧਰਲੇ ਪੰਜਾਬ ਦੇ ਸਿੱਖ ਆ ਉਹ ਪੂਰੇ ਪਾਕਿਸਤਾਨ ਦੇ ਉਲਟ ਹੋ ਜਾਣਗੇ। ਦੇਖੋ ਪਾਕਿਸਤਾਨ ਦੇ ਵਿੱਚ ਅਸੀਂ ਫਿਰ ਕਹਿੰਦੇ, ਮੈਂ ਫਿਰ ਕਹਿੰਦਾ ਅੱਜ ਤਰਫੋਂ, ਜਿੱਧਰ ਇੱਧਰਲੇ ਜਿਵੇਂ ਤੁਹਾਡੇ ਇੱਥੇ ਬੈਠੇ ਨਫ਼ਰਤ ਦੀ ਜਿਹੜੀ ਕੱਟੜਤਾ ਭਰੀ ਹੋਈ ਹੈ, ਨਫ਼ਰਤ ਦੀ ਅੱਗ ਜਿਹੜੀ ਤੁਸੀਂ ਉਗਲਦੇ ਹੋ, ਉਹ ਪਾਕਿਸਤਾਨ 'ਚ ਵੀ ਇਹੋ ਜਿਹੇ ਹੈਗੇ ਨੇ। ਉਹ ਦੋਨੇ ਮੁਲਕਾਂ 'ਚ ਹੀ ਚੰਦ ਪ੍ਰਸੈਂਟ, ਕੁਛ ਪ੍ਰਸੈਂਟ ਲੋਕ ਹੁੰਦੇ ਨੇ ਜਿਹੜੇ ਦੋਨਾਂ ਮੁਲਕਾਂ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ, ਉੱਧਰ ਵੀ ਬੈਠੇ ਨੇ। ਉਹ ਆ ਚਾਵਲ ਉਹ ਉੱਧਰ ਆ ਜਿਹਨੇ ਉਹ ਚਾਵਲ ਮਾਰੀ ਹੈ, ਉਹ ਇੱਧਰ ਵੀ ਬੈਠੇ ਨੇ। ਪਰ ਵੱਡੀ ਗਿਣਤੀ ਲੋਕ ਨੇ ਜਿਹੜੇ ਉਹ ਨਹੀਂ ਚਾਹੁੰਦੇ ਕਿ ਸਾਡਾ ਮੁਸਲਮਾਨਾਂ ਨਾਲ, ਸਾਡਾ ਪਾਕਿਸਤਾਨ ਦੇ ਨਾਲ ਕੋਈ ਵੈਰ ਆ, ਕੋਈ ਵਿਰੋਧ ਆ, ਅਸੀਂ ਲੜਨਾ, ਅਸੀਂ ਉਹਨਾਂ ਨਾਲ ਲੜਨਾ ਆ, ਅਸੀਂ ਕੋਈ ਜੰਗ ਕਰਨੀ ਆ। ਸੋ ਇਹ ਚਵਲ ਮਾਰਨੀ ਛੱਡ ਦਿਓ। ਜੇ ਤੁਹਾਡੇ ਕੋਲ ਕੋਈ ਮਾੜੀ ਮੋਟੀ ਸ਼ਰਮ ਨਾਉਣ ਦੀ ਚੀਜ਼ ਹੈਗੀ, ਤਾਂ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹੀਆਂ, ਹਰਸਿਮਰਤ ਬਾਦਲੇ ਮੇਰੀ ਗੱਲ ਦਾ ਜਵਾਬ ਦੇ ਦੇ, ਸਿਰਸੇ ਵਰਗੇ ਦੇ ਦੇਣ, ਜਾਂ ਲੌਂਗੋਵਾਲ ਜਵਾਬ ਦੇ ਦੇ, ਜਾਂ ਜਿਹੜੇ ਵੀ ਅੱਜ ਕਹਿੰਦੇ ਸਿੱਖਾਂ ਦੇ ਤੈਸ਼ੀ ਹੈ, ਜਿੱਥੇ ਜਿੱਥੇ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਧੱਕਾ ਹੋਇਆ, ਅੱਜ 35-40 ਸਾਲ ਹੋ ਗਏ ਸਿੱਖਾਂ ਦੇ ਜਿਹੜੇ ਕਤਲ ਹੋਏ, ਇਨਸਾਫ ਨਹੀਂ ਮਿਲਿਆ, ਉਹਨਾਂ ਦੇ ਕਾਤਲ ਹਾਲੇ ਵੀ ਬਾਹਰ ਤੁਰੇ ਫਿਰਦੇ ਆ, ਤਾਂ ਉਹ ਮੈਨੂੰ ਆ ਮੀਡੀਆ ਉਹਨਾਂ ਗੱਲਾਂ ਦਾ ਵੀ ਜਵਾਬ ਦੇ। ਸੋ ਮੈਂ ਮੇਰੇ ਪੰਜਾਬੀ ਭਰਾਵਾਂ ਨੂੰ ਇਹ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਕਈ ਵਾਰੀ ਅਸੀਂ, ਵੈਸੇ ਤਾਂ ਮੈਨੂੰ ਪਤਾ ਕਿ ਸਾਰੇ ਇਨਸਾਨ ਅੱਜ ਕੱਲ੍ਹ ਸਮਝਦਾਰ, ਹਰ ਬੰਦੇ ਨੂੰ ਪਤਾ ਕਿ ਯਾਰ ਇਹ ਜਿਹੜੇ ਪ੍ਰੋਪੋਗੰਡੇ ਨੇ, ਡਰਾਮੇ ਨੇ, ਇਹ ਜਾਣ ਬੁੱਝ ਕੇ ਕਰ ਰਹੇ ਨੇ, ਇਹ ਮਸਲੇ ਨੂੰ ਭੜਕਾਉਣ ਦੇ ਲਈ ਹੋਰ ਹੀ ਪਾਸੇ ਰੰਗ ਲਾ ਦਿੰਦੇ ਨੇ। ਉਹ ਇੱਕ ਪਾਸੇ ਕੱਲ੍ਹ ਇੱਕ ਚੈਨਲ ਚੱਲ ਰਿਹਾ ਸੀਗਾ, CAA ਜਿਹੜਾ ਕਾਨੂੰਨ ਬਣਿਆ, ਨਾਗਰਿਕਤਾ ਸੋਧ ਕਾਨੂੰਨ ਬਣਿਆ, ਉਹਨੂੰ ਜੋੜ ਕੇ ਦੇਖ ਰਹੇ ਨੇ ਕਿ ਦੇਖੋ ਜੀ ਇਸ ਕਰਕੇ ਆਪਾਂ ਕਹਿੰਦੇ ਹਾਂ ਜੀ, ਤਾਂ ਇਹ ਕਾਨੂੰਨ ਬਣਾਇਆ ਗਿਆ ਜੀ, ਸਿੱਖਾਂ ਨਾਲ ਕੀ ਹੋ ਰਿਹਾ ਜੀ ਪਾਕਿਸਤਾਨ 'ਚ, ਸਿੱਖਾਂ ਨਾਲ ਭਾਰਤ 'ਚ ਕੀ ਹੋ ਰਿਹਾ, ਇਹ ਨਹੀਂ ਦਿਖ ਰਿਹਾ। ਉਹਦਾ ਜਵਾਬ ਜੇ ਤੁਹਾਡੇ ਕੋਲ ਕਿਸੇ ਵੀ ਜੁੱਤੀ ਚੱਟ ਕੋਲ ਹੈਗਾ, ਜਿਹੜੇ ਤੁਸੀਂ ਅੱਜ ਬਣੇ ਹੋਏ, ਜਿੰਨੇ ਮੀਡੀਆ ਵਾਲੇ, ਸਾਰਾ ਮੀਡੀਆ ਨਹੀਂ ਮੈਂ ਕਹਿੰਦਾ ਵੀ ਚੰਗੇ ਵੀ ਹੈਗੇ ਆ, ਜਿੰਨੇ ਪਰ ਆ, ਜਿੰਨਾ ਨੈਸ਼ਨਲ ਮੀਡੀਆ ਇਸ ਗੱਲ ਦੇ ਪ੍ਰੋਪੋਗੰਡਾ, ਮੇਰੀ ਇੱਕ ਗੱਲ ਦਾ ਜਵਾਬ ਦਿਓ, ਉੜੀਸਾ ਦੇ ਵਿੱਚ, ਸਿੱਕਮ ਦੇ ਵਿੱਚ, ਹਰਿਦੁਆਰ ਦੇ ਵਿੱਚ ਗੁਰਦੁਆਰੇ ਕਿਉਂ ਢਾਏ ਗਏ, ਕਿਉਂ ਸਿੱਖਾਂ ਦੇ ਉੱਤਰ ਪ੍ਰਦੇਸ਼ ਦੇ ਵਿੱਚ ਪਰਚਾ ਦਰਜ ਹੋਇਆ, ਦੱਸਿਆ ਜਾਵੇ ਕੀ ਕਰ ਰਹੇ ਸੀ ਵੀ ਸਿੱਖ, ਇੱਕ ਨਗਰ ਕੀਰਤਨ ਹੀ ਕੱਢ ਰਹੇ ਸੀ, ਕੀ ਉਹ ਕੋਈ ਮੁਜ਼ਾਹਰਾ ਦਾ ਕਰ ਨਹੀਂ ਰਹੇ ਸੀ, ਕੋਈ ਰੋਸ ਨਹੀਂ ਸੀ ਪ੍ਰਦਰਸ਼ਨ ਕਰ ਰਹੇ, ਉਹ ਸਰਕਾਰ ਦੇ ਖਿਲਾਫ਼ ਨਹੀਂ ਕੁਛ ਕਰ ਰਹੇ, ਕਿਉਂ ਪਰਚਾ ਦੇ ਕੇ ਉਹਨਾਂ ਦੀ ਜਿਹੜੀ ਉਹ ਨਗਰ ਕੀਰਤਨ ਨੂੰ ਰੋਕਿਆ ਗਿਆ, ਕਿਉਂ ਥਾਂ ਥਾਂ 'ਤੇ ਸਿੱਖਾਂ ਦੀਆਂ ਪੱਗਾਂ ਲਾ ਕੇ ਦਾੜੀਆਂ ਪੱਟੀਆਂ ਜਾਂਦੀਆਂ ਨੇ, ਉਦੋਂ ਮੀਡੀਆ ਕਿੱਥੇ ਹੁੰਦਾ। ਸੋ ਜੇ ਹੈ ਤੁਹਾਡੇ 'ਚ ਮਾੜੀ ਮੋਟੀ ਕੋਈ ਸ਼ਰਮ ਨਾ ਉਹਦੀ ਚੀਜ਼